हेलो दोस्तों, सलाम, सत श्री अकाल, आदाब, कैसे हैं आप सब? होपफुली सब बढ़िया होगा। दोस्तों, आज जिस वीडियो पे मैं रिएक्शन देने वाला हूँ वो है बेस्ट ऑफ अकरम उदास, पाकिस्तानी स्टेज ड्रामा। और दोस्तों, मैं पहले एक चीज़ बता दूँ कि मैं एज ए पंजाबी मैंने बहुत पाकिस्तानी स्टेज ड्रामास देखे हुए हैं, तो मुझे काफ़ी हद तक ऑलमोस्ट सभी जो भी इसमें जो एक्टर्स हैं उनके सभी के नाम ऑलमोस्ट सभी के नाम पता हैं, राइट फ्रॉम बाबुल ब्राड़, अमानत चंद, मस्ताना, चुई, वो ओस्त्री, वो सब मुझे पता है। सो लेट्स सी कि ये पाकिस्तानी ड्रामा जो मुझे सजेस्ट किया है वो कैसा है। कातलां दी स्टोरी सुनने दा मैनूं बड़ा शौक है। ए दसो किवें कतल कीता ते किवें इत्थे आए? सुना इन स्टोरी लोरी, मैं भी तेनूं पुछ थक गया किवें कतल कीता सही, अज दस ते सही यार। ना शेरिया कतल किवें करना सी, नवीं होई मेरी शादी। अच्छा, बस एक दिन मैं रात नूं उठिया, ਵੇਖਿਆ ਤੇ ਭਰਜਾਈ ਤੇਰੀ ਮੰਜੀ ਦੇ ਉੱਤੇ ਕੋਨੀ ਸੀ। ਬੱਲੇ, ਮੈਂ ਟਾਈਮ ਵੇਖਿਆ 12:35 ਹੋਏ ਸਨ। ਮੈਂ ਕਿਹਾ ਇਸ ਟਾਈਮ ਬਾਥਰੂਮ ਜਾਂਦੀ ਹੈ। ਪੂਰੇ 12:35 ਤੇ ਜਾਂਦੀ ਹੈ ਬਾਥਰੂਮ? ਹਾਂ, ਕੋਈ ਮਿੰਟ ਉੱਤੇ ਥੱਲੇ ਤੇ ਨਹੀਂ? ਨਹੀਂ ਨਹੀਂ। ਇਹ ਫਿਰ ਭਾਬੀ ਨਹੀਂ, ਮੈਨੂੰ ਨਿਊ ਖਾਨ ਲੱਗਦੀ ਓਏ। ਮੈਂ ਉੱਠ ਕੇ ਬਾਥਰੂਮ 'ਚ ਵੇਖਿਆ ਤੇ ਉੱਥੇ ਵੀ ਕੋਈ ਨਹੀਂ ਸੀ। ਅੱਛਾ, ਮੈਂ ਬਾਹਰ ਦਾ ਦਰਵਾਜ਼ਾ ਵੇਖਿਆ ਤੇ ਦਰਵਾਜ਼ਾ ਖੁੱਲ੍ਹਾ ਸੀ। ਮੈਂ ਦਰਵਾਜ਼ੇ 'ਚੋਂ ਬਾਹਰ ਨਿਕਲਿਆ, ਸਾਹਮਣੇ ਇੱਕ ਡਿੰਗੀ ਜੀ ਟਾਹਲੀ ਸੀ, ਉਹਦੇ ਥੱਲੇ ਕਿਸੇ ਮੁੰਡੇ ਨਾਲ ਬਹਿ ਕੇ ਗੱਲਾਂ ਕਰਨ ਡਈ। ਮੇਰੀ ਫਿਰ ਜਾਗੀ ਗੈਰਤ ਗਏ ਜੀ, ਮੈਨੂੰ ਫਿਰ ਨੀਂਦ ਆਈ ਸੀ, ਮੈਂ ਘਰ ਆ ਕੇ ਸੌਂ ਗਿਆ। ਬਦਮਾਸ਼ ਤਾਂ ਇਹੋ ਹੀ ਬਣਦਾ ਏ। ਮੈਨੂੰ ਨੀਂਦ ਆਈ, ਮੈਂ ਸੌਂ ਗਿਆ। ਸਵੇਰੇ ਮੈਂ ਉੱਠਿਆ, ਉਹ ਵੀ ਆਪਣੀ ਮੰਜੀ ਤੋਂ ਉੱਠੀ। ਅੱਛਾ, ਉਹਨੇ ਉੱਠ ਕੇ ਰੋਟੀ ਛੋਟੀ ਪਕਾਈ, ਜ਼ਰਾ ਸ਼ਰਮਿੰਦਾ ਨਹੀਂ ਹੋਈ? ਮੰਮੀ ਨਹੀਂ ਫਿਰ ਹੋਇਆ? ਮੈਂ ਕਿਹਾ ਜਦੋਂ ਇਹਨੂੰ ਨਹੀਂ ਤਾਂ ਮੈਨੂੰ ਕਾਹਦਾ। ਤੇਰੇ ਸਦਕੇ ਜਾਵਾ, ਬਦਮਾਸ਼ੀ ਐਵੇਂ ਨਹੀਂ ਹੁੰਦੀ ਸੋਹਣਿਆ। ਬਿਲਕੁਲ ਸਹੀ ਗੱਲ। ਮੈਂ ਕੰਮ ਤੇ ਚਲਾ ਗਿਆ, ਸ਼ਾਮ ਨੂੰ ਮੈਂ ਵਾਪਸ ਆਇਆ, ਆਹ ਰੋਟੀ ਛੋਟੀ ਖਾਧੀ ਹੈ, ਫਿਰ ਸੌਂ ਗਏ। ਮੈਨੂੰ ਐਵੇਂ ਪਾਣੀ ਦੀ ਨਾ ਤਲਬ ਜਿਹੀ ਹੋਈ, ਰਾਤ ਦਾ ਇੱਕ ਦਾ ਟਾਈਮ, ਮੈਂ ਉੱਠ ਕੇ ਨਾ ਜੀ ਪਾਣੀ, ਮੈਂ ਕਿਹਾ ਇਹਨੂੰ ਕਹਿੰਦਾ ਤਾਂ ਵੇਖਿਆ ਤੇ ਮੰਜੀ ਤੇ ਕੋਈ ਨਾ। ਅੱਜ 12:35 ਨਹੀਂ ਸਨ? ਨਹੀਂ, 1:00। 12:35 ਤੇ ਨਹੀਂ ਗਈ? ਨਹੀਂ ਗਈ, ਉਹ ਕਿਤੇ ਆਪਣੇ ਟਾਈਮ ਤੇ ਵਿਚਾਰੀ, ਮੈਂ ਲੇਟ ਉੱਠਿਆ, ਉਹਦਾ ਕੋਈ ਕਸੂਰ ਨਹੀਂ। ਉਹ ਨਹੀਂ ਰੁਕਦੀ 12:35 ਤੇ ਨਿਕਲ ਜਾਂਦੀ ਜਦੋਂ 72 ਸਵਾਰੀਆਂ ਹੋ ਜਾਣ। ਮੈਂ ਉੱਠ ਕੇ ਵੇਖਿਆ, ਮੈਂ ਕਿਹਾ ਗਈ ਕਿੱਥੇ? ਫਿਰ ਮੈਂ ਵੇਖਿਆ ਤੇ ਟਾਲੀ ਦੇ ਥੱਲੇ, ਉਸੇ ਟਾਲੀ ਦੇ ਥੱਲੇ ਜੀ ਬੈਠੇ। ਮੈਂ ਗਿਆ ਫਿਰ ਪਿੱਛੇ ਕੇ, ਮੈਂ ਜਾ ਕੇ ਨਾ ਕੋਲ ਖਲੋਤਾ ਰਿਹਾ, ਖੰਗੂਰੇ ਸ਼ੰਗੂਰੇ ਮਾਰੇ। ਉਹਨਾਂ ਨੇ ਨਹੀਂ ਮੈਨੂੰ ਬੁਲਾਇਆ, ਮੈਂ ਕਿਹਾ ਜਦੋਂ ਇਹਨਾਂ ਨੇ ਬੁਲਾਇਆ ਤਾਂ ਮੈਂ ਕਿਉਂ ਬੁਲਾਵਾਂ? ਸਹੀ ਗੱਲ, ਵਾਕਿਆ ਭਾਵੇਂ ਇਹੋ ਜਿਹਾ ਸੁਨਾਨਾ ਤੂੰ ਦਿਲਚਸਪੀ ਨਾਲ ਲੈ ਪਿਆ, ਬਦਮਾਸ਼ ਦਾ ਇਹੋ ਹੀ ਬਣਦਾ। ਨਹੀਂ ਜੀ, ਬਦਮਾਸ਼ੀ ਐਵੇਂ ਨਹੀਂ ਹੁੰਦੀ, ਬਦਮਾਸ਼ੀ ਅੱਖਾਂ ਬੰਦ ਕਰਕੇ ਹੁੰਦੀ। ਉਹਨਾਂ ਨੇ ਜਦੋਂ ਨਹੀਂ ਨਾ ਬੁਲਾਇਆ ਜੀ, ਫਿਰ ਮੈਨੂੰ ਚੜਿਆ ਗੁੱਸਾ ਕੇ, ਮੈਂ ਆਇਆ ਘਰ, ਫੜੀ ਮੈਂ ਜੁੱਤੀ ਆਪਣੀ, ਨਹੀਂ ਨਹੀਂ ਉਹਦੀ, ਨੰਗੇ ਪੈਰੀ ਗਈ ਸੀ, ਮੈਂ ਕਿਹਾ ਬਿਮਾਰ ਹੀ ਨਾ ਹੋ ਜਾਏ। ਮੈਂ ਜਾ ਕੇ ਰੱਖੀ ਜੁੱਤੀ ਉਹਦੇ ਕੋਲ, ਉਹਨੇ ਨੀ ਮੈਨੂੰ ਬੁਲਾਇਆ ਕਿ ਕਾਹਦੇ ਲਈ ਲਿਆਉਂਦੀ ਹੈ ਜਾਂ ਕਾਹਦੇ ਲਈ ਨਹੀਂ। ਮੈਂ ਕਿਹਾ ਨਾ ਬੁਲਾ ਮੈਨੂੰ ਕੀ, ਦਵਾਈ ਦੇ ਪੈਸੇ ਮੇਰੇ ਲੱਗਣੇ ਹਨਾ, ਬਿਮਾਰ ਹੋ ਜਾਂਦੀ ਤਾਂ। ਸਹੀ ਬਾਤ, ਮੈਂ ਫਿਰ ਚੁੱਪ ਕਰਕੇ ਆ ਗਿਆ, ਮੁੰਡਾ ਬੜਾ ਸੋਹਣਾ ਸੀ ਕੋਲ, ਮੈਨੂੰ ਵੇਖ ਕੇ ਨਾ ਚੁੱਪ ਕਰਕੇ ਖਰੇ, ਕਿਹੜੀਆਂ ਗੱਲਾਂ ਵਿਚਾਰੇ ਕਰਨ ਡੇ? ਤੈਨੂੰ ਕੀ ਲੋੜ ਹੈ ਸੁਣਨ ਦੀ? ਮੈਂ ਨਹੀਂ ਸੁਣੀ। ਸਹੀ ਗੱਲ, ਤੂੰ ਬਦਮਾਸ਼ ਆਦਮੀ ਬਾਵਾ। ਹਾਂ, ਬਸ ਮੈਂ ਆ ਕੇ ਸੌ ਗਿਆ। ਅੱਛਾ, ਪਾਣੀ ਮੈਂ ਆਪ ਹੀ ਪੀ ਕੇ ਸੌ ਗਿਆ। ਬਸ ਜੀ, ਫਿਰ ਦਿਨ ਚੜਿਆ, ਮੈਂ ਕੰਮ ਤੇ ਟੁਰ ਗਿਆ। ਅੱਛਾ, ਉਹਨੇ ਵੀ ਨਹੀਂ, ਜ਼ਰਾ ਨਹੀਂ ਉਹਨੇ ਜਿਤਲਾਇਆ ਕਿ ਮੈਂ ਕਿਤੇ ਰਾਤੀ ਗਈ ਗੱਲਾਂ ਕਰਨ ਡਈ ਹਾਂ ਜਾਂ ਨਹੀਂ। ਮੈਂ ਕਿਹਾ ਚੱਲ ਨਹੀਂ ਤੇ ਨਾ ਸਹੀ, ਮੰਮੀ ਨਹੀਂ ਪੁੱਛਿਆ ਫਿਰ ਉਹਨੂੰ। ਮੈਂ ਕਿਹਾ ਦਫ਼ਾ ਕਰੋ, ਐਵੇਂ ਗੱਲ ਵੱਧ ਜਾਏਗੀ, ਫਾਇਦਾ ਕੋਈ ਨਹੀਂ। ਨਵੀਂ ਨਵੀਂ ਸ਼ਾਦੀ ਹੋਈ ਸੀ, ਮੈਂ ਕਿਹਾ ਇਸ ਗੱਲ ਤੇ ਪੜਦਾ ਹੀ ਪੈ ਜਾਏ ਤੇ ਚੰਗਾ। ਨਹੀਂ, ਬਸ ਇਹ ਦੱਸ ਤੂੰ ਬਰਦਾਸ਼ਤ ਕਿੰਨੇ ਦਿਨ ਕੀਤਾ, ਇਹ ਦੱਸ ਬਸ। ਮੈਂ ਅਗਲੇ ਦਿਨ ਫਿਰ ਮੈਂ ਸੁੱਤਾ, ਰਾਤ ਨੂੰ 2 ਦਾ ਟਾਈਮ, ਮੈਨੂੰ ਸਿਗਰਟ ਦੀ ਤਲਬ ਹੋਈ। ਮੈਂ ਉੱਠ ਕੇ ਨਾ ਜੀ ਸਿਗਰਟ ਵੇਖੇ ਤੇ ਡੱਬੀ 'ਚ ਸਿਗਰਟ ਕੋਈ ਨਾ, ਮਰ ਗਿਆ ਥਾ। ਮੈਂ ਮੰਜੀ ਵੱਲ ਵੇਖਿਆ, ਭਰਜਾਈ ਤੇਰੀ ਮੰਜੀ ਤੇ ਕੋਈ ਨਾ। ਅੱਛਾ, ਮੈਂ ਹੁਣ ਸਿਗਰਟ ਰਾਤ ਦੇ 2 ਨੇ ਕਿੱਥੋਂ ਲਵਾਂ? ਸਹੀ ਗੱਲ ਹੈ। ਫਿਰ ਮੈਨੂੰ ਯਾਦ ਆਇਆ ਉਹ ਮੁੰਡਾ ਪੀਂਦਾ ਹੋਣਾ ਜਿਹਦੇ ਕੋਲ ਬੈਠੀ ਹੈ।
ਤੇਰੇ ਸਿਰ ਚ ਕਿਵੇਂ ਆਇਆ ਮੁੰਡੇ ਕੋਲ ਹੋਣੇ ਨੇ? ਠੰਡ ਚ ਐਵੇਂ ਤੇ ਨੀ ਨਾ ਬੈਠਾ ਜਾਂਦਾ ਸੀਟਾਂ ਤੋਂ ਬਗੈਰ? ਸਹੀ ਬਾਤ ਹੈ ਬਾਬਾ। ਮੈਂ ਜਾ ਕੇ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਆਪਣਾ ਤੁਹਾਡੇ ਕੋਲ ਸਿਗਰਟ ਹੈ? ਉਹਨੇ ਜੇਬ 'ਚ ਹੱਥ ਪਾਇਆ, ਡੱਬੀ ਮੈਨੂੰ ਫੜਾ ਦਿੱਤੀ ਘੇਟੂ ਦੀ। ਬਦਮਾਸ਼ ਆਦਮੀ, ਕਿਵੇਂ ਨਾ ਫੜਾਉਂਦਾ? ਮੈਂ ਡੱਬੀ ਖੋਲ ਕੇ ਵੇਖਿਆ ਤੇ ਚਾਰ ਸਿਗਰਟ ਵਿੱਚ। ਮੈਂ ਲੈ ਕੇ ਤੁਰ ਪਿਆ, ਫਿਰ ਮੈਨੂੰ ਯਾਦ ਆ, ਜੇ ਇਹਨੂੰ ਤਲਬ ਹੋਈ ਤਾਂ ਵਿਚਾਰਾ ਮੇਰੇ ਪਿੱਛੇ ਆਏਗਾ ਫਿਰ। ਸਹੀ ਗੱਲ, ਵਿੱਚੋਂ ਦੋ ਸਿਗਰਟ ਕੱਢ ਕੇ ਉਹਨੂੰ ਦਿੱਤੇ, ਦੋ ਆਪ ਰੱਖੇ। ਸਹੀ ਗੱਲ, ਮੈਂ ਘਰ ਆ ਕੇ ਸਿਗਰਟ ਸੁਗਰਟ ਪੀਤਾ ਤੇ ਮੈਨੂੰ ਯਾਦ ਆਇਆ, ਮੈਂ ਕਿਹਾ ਇਹ ਤੇ ਬੰਦਾ ਰੋਜ਼ ਹੀ ਇੱਥੇ ਬਹਿਣ ਲੱਗ ਪਿਆ। ਮੈਂ ਫੜੀ ਫਿਰ ਕੁਹਾੜੀ ਕੇ, ਹਾਏ ਹਾਏ ਹਾਏ, ਟਾਲੀ ਦੇ ਥੱਲੇ ਬੈਠੇ ਹਾਂ। ਮੈਂ ਗਿਆ ਕੁਹਾੜੀ ਲੈ ਕੇ, ਵੱਡੀ ਮੈਂ ਟਾਲੀ ਤੋਂ ਮਸਵਾਕ ਉਹਨਾਂ ਦੇ ਸਾਹਮਣੇ ਕੀਤੀ। ਫਿਰ ਮਾਫ ਕਰ ਦੇ, ਬੜਾ ਬਦਮਾਸ਼ ਹੈ, ਉਹਨਾਂ ਦੇ ਸਾਹਮਣੇ ਮਸਵਾਕ ਕਰਦੀ। ਬੜਾ ਪਾਵਰਫੁਲ ਗੈਰਤਮੰਦ ਹੈ। ਫਿਰ ਮਸਵਾਕ ਮਸੂਕ ਮੈਂ ਸਾਫ਼ ਕੀਤੀ, ਜਦੋਂ ਮੇਰੇ ਹੋਏ ਫਿਰ ਦੰਦ ਸਾਫ਼। ਅੱਛਾ, ਮੈਂ ਫਿਰ ਕੱਢੀਆਂ ਦਿਲ 'ਚ ਗਾਲਾਂ। ਵਾਹ ਵਾਹ, ਮੈਂ ਕਿਹਾ ਹੁਣ ਕਿੰਨੀ ਕੁ ਦੇਰ ਬਹਿਣਗੇ ਇੱਥੇ? ਫਿਰ ਮੈਂ ਕਿਹਾ ਜੇ ਨਾ ਮੁੜੇ ਤਾਂ ਫਿਰ ਬਦਵਾਵਾਂ ਤੇ ਕਿਤੇ ਨੀ ਨਾ ਗਈਆਂ। ਹਾਏ ਹਾਏ, ਮੈਂ ਘਰ ਆ ਕੇ ਬੈਠਾ ਤੇ ਉਨੀ ਦੇਰ ਨੂੰ ਮੱਠੀ ਮੱਠੀ ਲੋ ਲੱਗ ਗਈ। ਇੱਕ ਬੰਦਾ ਵੇਖ ਕੇ ਆ ਕਹਿੰਦਾ, ਤੇਰੀ ਬੀਵੀ ਕੋਲ ਖਰੇ ਕਿਹੜਾ ਮੁੰਡਾ ਹੀ ਬੈਠਾ? ਮੈਨੂੰ ਫਿਰ ਚੜਿਆ ਗੁੱਸਾ, ਮੈਂ ਕੁਹਾੜੀ ਫੜੀ ਏ, ਦੋਵਾਂ ਨੂੰ ਜਾ ਕੇ ਟਾਲੀ ਦੇ ਥੱਲੇ ਵੱਢ ਕੇ ਢੇਰ ਲਾ ਦਿੱਤਾ। ਦੋਵਾਂ ਨੂੰ ਵੱਢਤਾ? ਦੋਵਾਂ ਨੂੰ ਵੱਢ ਦਿੱਤਾ ਟਾਲੀ ਦੇ ਥੱਲੇ, ਉਸੇ ਟਾਲੀ ਥੱਲੇ। ਹਾਂ, ਮੈਂ ਸਿੱਧਾ ਗਿਆ ਥਾਣੇ, SHO ਬੈਠਾ ਸੀ। ਮੈਂ ਕਿਹਾ ਬਈ ਜਵਾਨਾ, ਮੈਂ ਕੀਤੇ ਨੇ ਕਤਲ ਮੁਹੱਲੇ 'ਚ, ਨੂਰੀ ਨੂਰੀ ਪਿੰਡ 'ਚ, ਵਰਨਾਲ ਦੇ ਇਲਾਕਿਆਂ 'ਚ ਇੰਜੀ ਬਦਮਾਸ਼ੀ ਹੋ ਗਈ, ਲੇਕਿਨ ਇਹ ਕਿਸੇ ਨੂੰ ਗੱਲ ਨਹੀਂ ਕਰਨੀ। ਜ਼ਰਾ ਜੇਲ੍ਹ ਦੇ ਵਿੱਚ ਆਪਣੀ ਬਾਦਸ਼ਾਹੀ ਚੱਲਣ ਲਈ ਇਹਨੂੰ ਚੱਲਣ ਹੀ ਦੇਣਾ। ਨਹੀਂ ਨਹੀਂ, ਸਾਨੂੰ ਟਾਲੀ ਦਾ ਜ਼ਿਕਰ ਕਰਨ ਦੀ ਲੋੜ ਹੀ ਨਹੀਂ। ਹਾਂ, ਤੁਹਾਡੀ ਮਿਹਰਬਾਨੀ, ਕਿਸੇ ਨੂੰ ਨਹੀਂ ਦੱਸਣਾ। ਨਹੀਂ, ਅਸੀਂ ਕਹਾਂਗੇ ਓਪਨ ਏਅਰ ਕਤਲ ਹੋਇਆ। ਬਸ, ਤੈਨੂੰ ਕਿਸੇ ਨੇ ਪੁੱਛਣਾ ਹੀ ਨਹੀਂ, ਤੂੰ ਕਿਹੜੀ ਮੇਰੀ ਮਾਂ ਹੈ? ਸੁਣ ਤੇ ਸਹੀ ਚੱਲਿਆ, ਅਸੀਂ ਪੰਜ ਭਰਾ ਸਾਂ, ਛੇ ਵਰਗੇ ਜਵਾਨ। ਅੱਛਾ, ਪਲੀਜ਼ ਇੱਕ ਮਿੰਟ, ਵਾਕਿਆ ਤੁਸੀਂ ਜਿਹੜਾ ਮਰਜ਼ੀ ਸੁਣਾਓ, ਦਰਖਤ ਚੇਂਜ ਕਰ ਲੈਣ, ਉਹਨਾਂ ਦੀ ਟਾਹਲੀ 'ਚ ਤੁਸੀਂ ਕਿੱਕਰ ਕਰ ਲਓ। ਅਸੀਂ ਥਾਣੇ ਪਹੁੰਚੇ ਆ ਪਿਓ ਪੁੱਤਰ ਸਾਰੇ, ਥਾਣੇਦਾਰ ਨੇ ਅੱਬਾ ਜੀ ਨੂੰ ਗਾਲਾਂ ਕੱਢੀਆਂ ਨੇ। ਕਿੱਡੇ ਵੱਡੇ ਮੂੰਹ ਵਾਲੇ ਬੱਚੇ ਕੇ ਜੰਮੇ ਨੇ, ਹੋਰ ਕੋਈ ਗੱਲ ਹੋ? ਬੇਵਕੂਫਾ, ਪੁਲਿਸ ਵਾਲੇ ਕਰਦੇ ਹੀ ਇੰਜ ਨੇ, ਕੀ ਕਰਨ ਦੇ? ਮੈਂ ਕਿਹੜਾ ਕੋਲ, ਹੋਰ ਕੋਈ ਗੱਲ? ਲਓ ਜੀ, ਸਾਨੂੰ ਗਰਮੀ ਆਈ, ਅਸੀਂ ਵਾਅਦਾ ਕੀਤਾ ਹੱਥਾਂ ਤੇ ਹੱਥ ਰੱਖ ਕੇ, ਅੱਜ ਤੋਂ ਬਾਅਦ ਪੁਲਿਸ ਦੇ ਮੱਥੇ ਨਹੀਂ ਲੱਗਣਾ ਤੇ ਭਰਾ ਆਪੇ ਹੀ ਲੱਭਣਾ ਹੈ। ਅਸੀਂ ਸਾਰੇ ਫੈਲ ਗਏ ਆ ਪੂਰੇ ਸ਼ਹਿਰ 'ਚ। ਅੱਛਾ, ਇੱਕ ਬੰਦੇ ਨੇ ਆ ਕੇ ਸੱਜਣ ਮੇਰੇ ਨੇ ਮੈਨੂੰ ਦੱਸ ਪਾਈ ਹੈ ਕਿ ਸ਼ੇਰਿਆ ਤੇਰਾ ਭਰਾ ਜੀ ਨੇ ਕਤਲ ਕੀਤਾ ਸੀ, ਉਹਦੇ ਨਾਲ ਇੱਕ ਟਾਹਲੀ ਥੱਲੇ ਬੈਠਾ ਆਈ। ਮੈਂ ਘਰ ਜਾ ਕੇ ਸੰਦੂਕ 'ਚ ਪਿਸਤੌਲ ਕੱਢੀ ਤੇ ਨਿਕਲ ਗਿਆ ਫਿਰ ਉਹਦੇ ਆ। ਜਾ ਕੇ ਵੇਖਿਆ ਦੋਵੇਂ ਜੁੱਤੀਆਂ ਲਾ ਕੇ ਬੈਠੇ ਸਨ। ਅੱਛਾ, ਮੈਂ ਫਿਰ ਕੁਛ ਨਹੀਂ ਵੇਖਿਆ, ਬੁਲਟ ਚਾੜਿਆ ਤੇ ਭਰਾ ਕੋ ਜੁੱਤੀ ਚੁੱਕੀ ਤੇ ਸਿੱਧਾ ਘਰ ਦੌੜ ਗਿਆ। ਭਰਾ ਖੜਨਾ ਸੀ, ਜੁੱਤੀ ਕੀ ਕਰਨੀ ਸੀ ਤੂੰ? ਉਹ ਜੁੱਤੀ ਮੇਰੀ ਪਾਵੇ ਆ ਹੀ ਯਾਰ, ਭਰਾ ਤੇ ਚਾਰ ਪੰਜ ਸਨ, ਜੁੱਤੀ ਇੱਕੋ ਹੀ ਸੀ, ਵਾਰੀ ਵਾਰੀ ਪਾਉਂਦੇ ਹੁੰਦੇ। ਉਹ ਭਰਾ ਤੇ ਭਰਾਵਾਂ ਵਰਗੇ ਜੁੱਤੀ ਚਮੜੇ ਦੀ, ਉਹ ਕਿੱਥੋਂ ਲੱਭਣੀ ਸੀ? ਬਸ ਫਿਰ ਅੰਮਾ ਦਾ ਰੋਣਾ ਨਹੀਂ ਵੇਖਿਆ ਗਿਆ, ਮਾਂ ਰੋਣ ਲੱਗ ਪਈ, ਮੈਂ ਜਿਉਂ ਜੋ ਗਿਆ ਜੁੱਤੀ ਲੈ ਆ, ਭਰਾ ਕਿਉਂ ਨਹੀਂ ਲਿਆਇਆ? ਮੈਂ ਫਿਰ ਵਾਪਸ ਟਾਹਲੀ ਤੇ ਗਿਆ ਵਾ ਤੇ ਸਿੱਧਾ ਹੀ ਫੈਰ ਮਾਰਨੇ, ਜਿੰਨੇ ਅਗਵਾਹ ਕੀਤਾ ਸੀ ਤੇ 302 ਚੰਜਰ ਅੰਦਰ ਆ ਗਿਆ ਵਾ। ਨਹੀਂ, 302 ਹੀ ਲੱਗਦੀ ਕਤਲ ਤੋਂ। ਹਾਂ, ਖੁਸਰਿਆ ਤੂੰ ਕਿਵੇਂ ਆਇਆ? ਰਹਿਣ ਦੇ, ਇਹਦਾ ਕੋਈ ਗੰਦਾ ਵਾਕਿਆ ਹੀ ਹੋਣਾ ਹੈ। ਨਹੀਂ, ਕਿਵੇਂ ਆਇਆ? ਕਿਵੇਂ ਇਹ ਮੇਰਾ ਵਾਕਿਆ ਕੀ ਸੁਣਨਾ ਜੀ? ਸਾਰਾ ਵਾਕਿਆ ਸੁਣਨ ਤੋਂ ਬਾਅਦ ਸਿਰ ਤੋਂ ਇੰਜ ਰਹਿਣ ਦੇ, ਖੈਰ ਕੋਈ ਗੱਲ, ਮੇਰਾ ਦਿਲ ਹਿੱਲ ਗਿਆ। ਅੱਛਾ, ਉਸ ਔਰਤ ਦੇ ਨਾਲ ਜਿਹਨੇ ਬੈਠ ਕੇ ਗੱਲਾਂ ਕੀਤੀਆਂ ਨੇ, ਉਹ ਮੈਂ ਨਸੀਬਾ ਸੜੀ ਦਾ ਪੁੱਤਰ ਸੀ ਜਿਹੜਾ ਉਸ ਟਾਹਲੀ ਥੱਲੇ ਕਤਲ ਹੋਇਆ। ਹੈਲੋ, ਤੈਨੂੰ ਸਮਝ ਨਹੀਂ ਲੱਗਦੀ ਕੀ ਮੈਂ ਤੇਰੇ ਕਸੁੰਨ ਮਾਰ ਕੇ ਦੰਦ ਕੱਢ ਦੇਣੇ? ਤੇਰੇ ਵਜਾ ਤੇਰੇ ਪਿਓ ਦਾ ਰਾਜ ਕਸੁੰਨ ਮਾਰ ਕੇ ਦੰਦ ਕੱਢ ਦੇ। ਕਿਹੜੀ ਗੱਲ ਕਰ ਰਿਹਾ ਹੈ ਤੂੰ? ਹੈਂ, ਕੌਣ ਹੈ ਤੂੰ? ਹੈ ਓਏ, ਜਿੱਡਾ ਤਕੜਾ ਫੇਰ ਨਹੀਂ ਉੱਡਣਾ, ਫੜਾ ਖਲ ਲਾ ਲਓ। ਅੱਲਾ ਜਾਣਦਾ, ਜਿਵੇਂ ਠੁੱਡੇ ਮਾਰੇ ਨੇ, ਦੋ ਸ਼ਲਵਾਰਾਂ ਨਾ ਪਾਈਆਂ ਹੁੰਦੀਆਂ, ਮੈਂ ਮਰ ਗਈ ਸੀ ਅੱਜ। ਕੌਣ ਚਵਲ ਜਿਹਾ ਖੁਸਰਾ ਇੱਥੇ? ਮੇਰਾ ਨਾਮ ਨਾ ਕਿਹੜਾ ਚਵਲ ਚਵਲ ਲੱਗ ਗਿਆ ਮੈਨੂੰ, ਬਸ ਨਹੀਂ ਕਰ। ਉਹ ਤੇਰਾ ਬੇੜਾ ਤਰ ਜਾਏ,
ਉਹ ਕੰਮ ਤੇਰਾ ਨੱਚਣ ਵਾਲਾ ਏ, ਸਿਰ ਤੇਰਾ ਸਿਆਸੀ ਏ ਓਏ। ਅੱਲਾ ਮਾਫ ਕਰੇ, ਲੈ ਬਈ ਇਹਦਾ ਮੂੰਹ ਛੂਹ ਤੋਂ ਆ ਵਿੱਚੋਂ ਇਹ ਬਿਲਕੁਲ ਸ਼ੇਖ ਰਸ਼ੀਦ ਹੀ ਨਿਕਲੇਗਾ। ਮੈਂ ਕਿਹਾ ਇਤਲਾਹ ਤੋਂ ਨਸ਼ਰੀਆਤ ਗੁਜ਼ਰੇ, ਤੇਰਾ ਮੁਜਰਾ ਵੇਖਣਾ ਹੋਵੇ ਤੇ ਕਿੰਨੀਆਂ ਪੱਤੀਆਂ ਪਾਣੀਆਂ ਪੈਂਦੀਆਂ, ਯੈਲੋ ਲੇਬਲ ਤੇ ਰੈਡ ਲੇਬਲ। ਯਾਰ ਏਡੇ ਨਰਮ ਵਾਲ ਹੱਥ ਕੀ ਏ, ਕੋਈ ਆਮ ਏ ਟਾਹਲੀ ਦੇ ਪੱਤਿਆਂ ਦੀ ਏ? ਯਾਰ ਲਾ ਮਾਰਸੂ ਅੱਗੇ ਥੋੜਾ ਤਗੜਾ, ਉਹ ਤੋਂ ਠੁਲ ਕੇ ਸੁਜਾ ਦੇ ਲਾ ਫੜ ਕੇ। ਮਰਵਾ ਮੈਨੂੰ ਆਪਣੇ ਹੱਥੀ ਮਰਵਾ, ਉਹ ਮਗਰੋਂ ਲਓ ਨਾ ਮੁਰਾ ਦੇ ਇਧਰੋਂ ਜਾ ਲੈ ਜਾ ਇਹਨੂੰ। ਕਿਉਂ ਇਹਦੇ ਚ ਖੁਸਰਾ ਪਵਾ ਲੈ, ਇੱਧਰ ਤੇ ਆ ਕਰ ਮਾ ਲਈਏ ਜੀ, ਸਿਰ ਉੱਚਾ ਕਰ। ਲੈ ਬਈ ਨੂਰੀ, ਅੱਲਾ ਨੇ ਇਨਸ਼ਾਅੱਲਾ ਮੈਨੂੰ ਜੰਨਤ ਚ ਭੇਜ ਦੇਣਾ ਹੀ ਹੋਏ। ਉਹ ਕਿਉਂ? ਮੈਂ ਇੱਕ ਖੁਸਰੇ ਦਾ ਸਿਰ ਕੱਜੇ ਆਏ, ਬੜਾ ਖੁਸਰਾ ਹੋਇਆ ਹੋਇਆ, ਇੰਨਾ ਬੇਤਹਾਸ਼ਾ ਖੁਸਰਾ ਨਹੀਂ ਮੈਂ ਕਦੀ ਵੇਖਿਆ। ਜੀ ਹਾਂ, ਅਬ ਮਾਰਕੀਟ ਮੇਂ ਕੋਰੀਆ ਕੇ ਖੁਸਰੇ ਵੀ ਦਸਤੀਆਬ। ਗੱਲ ਸੁਣ ਵੇ, ਆ ਤੇਰੀ ਮੇਰੀ ਅੱਲਾ ਦੀ ਸ਼ਰਤ ਕੀ? ਹਜ਼ਾਰ ਹਜ਼ਾਰ ਰੁਪਇਆ, ਜੇ ਮੈਂ ਜਿੱਤ ਗਈ ਮੈਂ ਹਜ਼ਾਰ ਦੇਣ, ਠੀਕ ਹੈ, ਨਹੀਂ ਤੇ ਤੂੰ ਦੇਣੇ, ਠੀਕ ਹੈ। ਸੁਣ ਕੇ ਦੱਸ ਕਿਹੜੀ ਲੱਕੜੀ? ਟਾਲੀ ਲੈ ਲਓ। ਯਾਰ ਉਹਨੇ ਕਿਹਾ ਹੀ ਮਾਰ ਲੈ, ਮੋਰੀ ਉਹਨੇ ਕਿਹਾ ਹੀ ਯਾਰ ਖੁਦਰਾਤਾ ਵਾਸਤੇ। ਆ ਪੁੱਛ ਲੈ ਉਹਦੇ ਲਈ ਯਾਰ, ਖੁਸਰਾ ਮਰ ਜਾਏਗਾ ਮੇਰੇ ਹੱਥੋਂ, ਮੈਂ ਤੈਨੂੰ ਦੱਸ ਦਿਆਂ ਬਾਤ ਕਰ ਲੈ, ਇਹਨੂੰ ਬਾਮਖਾ ਮਰ ਜਾਏਗਾ ਖੁਦਰਾ। ਕਿਉਂ ਇਹਨਾਂ ਕਿੰਨੇ ਇਹਨਾਂ ਕਿੰਨੇ ਇਹਨਾਂ ਇਹਨਾਂ ਕਿੰਨੇ ਇਹਨਾਂ ਕਿੰਨੇ ਲਾੜਤੀਆ ਖੁਸਰਾ, ਤੂੰ ਉਹਨੂੰ ਢੱਗਾ ਸਮਝ ਕੇ ਮਾਰਨ ਲਈ ਕੀ ਹੈ? ਲੱਕੜ ਤੇ ਨਹੀਂ ਗੱਤਾ ਗੱਤਾ। ਯਾਰ ਛੱਡ ਦੇ ਯਾਰ, ਰੌਣਕ ਲਾ ਦੇ ਹੁਣ। ਮੈਂ ਉਹ ਤੇ ਨਹੀਂ ਕਿਹਾ, ਮੈਂ ਕਿਹਾ ਕੁਦਰਦੀ ਨਾ ਜੀ ਜਾਨ, ਤੂੰ ਗਾਣਾ ਤੇ ਸੁਣਾ ਯਾਰ। ਹਾਂ ਗਾਣਾ ਸੁਣੋ। ਉੱਚੀਆਂ ਲੰਮੀਆਂ, ਉਹ ਜਦ ਗਾਣਾ ਸ਼ੁਰੂ ਵੀ ਨਹੀਂ ਮੈਂ ਕੀਤਾ। ਉੱਚੀਆਂ ਲੰਮੀਆਂ ਲਾਲ ਖਜੂਰਾਂ, ਖਜੂਰਾਂ ਨੇ ਖਜੂਰਾਂ ਨਾਲ ਨਿੱਕੀ ਜਈ ਪੀਂਗ ਵੇ ਮਾਇਆ। ਓ ਮਾਈ ਗੋਡ, ਕਾਤਲਾਂ ਦੀ ਸਟੋਰੀ ਸੁਣਨ ਦਾ ਮੈਨੂੰ ਬੜਾ ਲਾਸਟ ਮੇ ਸਟਾਰਟਿੰਗ ਮੇ ਇਤਨੀ ਇਤਨੀ ਜ਼ਿਆਦਾ ਕਾਮੇਡੀ ਨਹੀਂ ਥੀ, ਜਿਤਨਾ ਲਾਸਟ ਮੇ ਜਾਤੇ ਜਾਤੇ ਜਿਤਨੀ ਕਾਮੇਡੀ ਥੀ ਇਸ ਮੇ ਜ਼ਬਰਦਸਤ ਯਾਰ। ਮਤਲਬ ਜੋ ਇਹ ਮਤਲਬ ਲਾਈਵ ਸ਼ੋ ਕਰਤੇ ਹੈ ਨਾ, ਸਟਿਲ ਮਤਲਬ ਹੈਡਸ ਆਫ ਟੂ ਦੈਮ, ਕੋਈ ਰੀਟੇਕ ਨਹੀਂ, ਕੋਈ ਕੁਛ ਨਹੀਂ, ਉੱਪਰ ਸੇ ਲਾਈਵ ਆਡੀਅੰਸ ਕੇ ਸਾਹਮਣੇ ਪਰਫਾਰਮ ਕਰਨਾ, ਔਰ ਜੋ ਕੋਮਿਕ ਟਾਈਮਿੰਗ ਇਹਨਾਂ ਨੇ ਕਰਨੀ ਹੈ, ਮਤਲਬ ਆਪਕੋ ਔਨ ਮਤਲਬ ਐਗਜੈਕਟਲੀ ਔਨ ਸਪੋਟ ਆਪਕੋ ਬੋਲਣਾ ਹੈ ਆਪਣਾ ਜੋ ਲਾਈਨ ਹੈ, ਔਰ ਇਸਕੇ ਲਈ ਕਿਤਨੀ ਰਿਹਰਸਲ ਕਰਤੇ ਹੋਗੇ, ਕਿਤਨੀ ਮਿਹਨਤ ਜਾਤੀ ਹੋਗੀ ਪਿੱਛੇ, ਹੈਡਸ ਆਫ ਟੂ ਡੈਮ। ਔਰ ਸਬਸੇ ਹਸਾਨਾ, ਜੋ ਐਕਟਿੰਗ ਮੇਂ ਸਬਸੇ ਜੋ ਮੁਸ਼ਕਿਲ ਚੀਜ਼ ਹੋਤੀ ਹੈ ਵੋ ਹੈ ਇਨਸਾਨ ਕੋ ਹਸਾਨਾ, ਮਤਲਬ ਆਪ ਰੁਲਾ ਸਕਤੇ ਹੋ, ਆਪ ਐਕਸ਼ਨ ਕਰ ਸਕਤੇ ਹੋ, ਬਟ ਹਸਾਨਾ ਇਟਸ ਨਾਟ ਏ ਈਜ਼ੀ ਟਾਸਕ। ਆਪ ਕਿਸੀ ਵੀ ਐਕਟਰ ਸੇ ਪੂਛ ਲੋ, ਕਿਸੀ ਸਟੇਜ ਆਰਟਿਸਟ ਸੇ ਪੂਛ ਲੋ, ਵੋ ਕਹਿਤੇ ਯਹੀ ਬੋਲੇਂਗੇ ਕਿ ਕਿਸੀ ਕੋ ਹਸਾਨਾ ਬਹੁਤ ਡਿਫੀਕਲਟ ਹੈ, ਔਰ ਜੈਸਾ ਯੇ ਡਰਾਮਾ ਮੇਂ ਹਮ ਲੋਗੋ ਕੋ ਹਸਾ ਲੇਤੇ ਹੈ, ਮਤਲਬ ਸੁਪਰਬ ਹੈ। ਔਰ ਮੈਨੇ ਪੰਜਾਬੀ ਡਰਾਮਾਸ ਕਾਫੀ ਦੇਖੇ ਹੋਏ ਹੈ, ਯੇ ਵਾਲਾ ਮੇਰੇ ਲਈ ਨਿਊ ਥਾ ਥੋੜ੍ਹਾ, ਔਰ ਮੈਨੇ ਅਮਾਨਤ ਚੰਨ ਕੇ ਬਹੁਤ ਡਰਾਮਾਸ ਦੇਖੇ ਹੋਏ ਹੈ, ਤੋ ਮੈਂ ਹੋ ਸਕਾ ਤੋ ਮੈਂ ਨੈਕਸਟ ਵੀਡੀਓ ਮੇਂ ਅਮਾਨਤ ਚੰਨ ਕਾ ਕੋਈ ਡਰਾਮਾ ਉਸ ਪੇ ਰਿਐਕਸ਼ਨ ਦੂੰਗਾ। ਯੇ ਵਾਲਾ ਮੇਰੇ ਲਈ ਨਿਊ ਥਾ, ਔਰ ਯੇ ਪੂਰਾ ਡਰਾਮਾ ਨਹੀਂ ਹੈ, ਤੋ ਇਤਨਾ ਹੀ ਥਾ, ਤੋ ਕੋਸ਼ਿਸ਼ ਕਰੂੰਗਾ ਕਿ ਮੈਂ ਯੇ ਪੂਰਾ ਡਰਾਮਾ ਦੇਖ ਸਕੂੰ, ਕਿਉਂਕਿ ਯੇ ਫਸਟ ਟਾਈਮ ਮੇਰੇ ਸਾਹਮਣੇ ਆਇਆ, ਮੈਂ ਪਹਿਲੇ ਯੇ ਮੈਨੇ ਨਹੀਂ ਦੇਖਾ ਹੁਆ ਮੈਂ। ਤੋ ਬ੍ਰਿਲੀਅੰਟ ਬ੍ਰਿਲੀਅੰਟ, ਥੈਂਕਸ ਫੋਰ ਸੁਜੈਸਟਿੰਗ ਮੀ ਦਿਸ ਵੀਡੀਓ, ਔਰ ਬਹੁਤ ਅੱਛਾ ਲਗਾ ਮੁਝੇ, ਥੈਂਕ ਯੂ ਵੈਰੀ ਮਚ, ਮਿਲਤੇ ਹੈ ਨੈਕਸਟ ਵੀਡੀਓ ਮੇਂ।